ਮੁਕਾਲੇ ਨੇ ਹੁਣ ਪੰਜਾਬ ਵੱਲ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਵਿਖੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰਿਸਰਚ ਬੋਰਡ ਦੀਆਂ ਹੋਈਆਂ ਮੀਟਿੰਗਾਂ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰਾਂ ਸਾਂਝੀਆਂ ਹੋਈਆਂ। ਪ੍ਰੋਫੈਸਰ ਬੰਡੂੰਗਾ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫਤਿਹ ਦਿਵਸ ਨੂੰ 12 ਤੋਂ 14 ਮਈ ਤੱਕ ਵਿਸ਼ਾਲ ਪੱਧਰ ਤੇ ਮਨਾਉਣ ਦਾ ਫੈਸਲਾ ਲਿਆ ਗਿਆ। ਬੰਡੂੰਗਾ ਨੇ ਦੱਸਿਆ ਕਿ ਅੰਡੇਮਾਨ ਨਿਕੋਬਾਰ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿੱਚੋਂ ਸਿੱਖਾਂ ਦੇ ਸ਼ਰਮਤੀ ਇਤਿਹਾਸ ਨੂੰ ਮਨਫੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਜਨਰਲ ਸਕੱਤਰ ਸਰਦਾਰ ਅਮਰਜੀਤ ਸਿੰਘ ਚਾਵਲਾ ਸਮੇਤ ਹੋਰ ਮੈਂਬਰਾਂ ਦਾ ਇੱਕ ਵਿਸ਼ੇਸ਼ ਵਫਦ ਅੰਡੇਮਾਨ ਨਿਕੋਬਾਰ ਭੇਜਣ ਦਾ ਫੈਸਲਾ ਕੀਤਾ ਹੈ। ਇਹ ਕਮੇਟੀ ਸੈਲੂਲਰ ਜੇਲ੍ਹ ਦਾ ਦੌਰਾ ਕਰੇਗੀ ਅਤੇ ਉੱਥੋਂ ਦੇ ਅਜਾਇਬ ਘਰ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਅਧਿਐਨ ਕਰਕੇ ਇਹਨਾਂ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਢੁਕਵੀਂ ਥਾਂ ਦਿਵਾਉਣ ਲਈ ਤਜਵੀਜ਼ ਤਿਆਰ ਕਰੇਗੀ। ਸ਼ਹੀਦੀਆਂ ਪਾਈਆਂ ਉਹਨਾਂ ਦੇ ਕੰਟਰੀਬਿਊਸ਼ਨ ਬਾਰੇ ਸਰਕਾਰ ਵੱਲੋਂ ਜਿਹੜਾ ਉਹਦੀ ਅਣਦੇਖੀ ਕੀਤੀ ਜਾ ਰਹੀ ਆ, ਉਹਨਾਂ ਦਾ ਇਤਿਹਾਸ ਤੋੜਿਆ ਪਰੋੜਿਆ ਜਾ ਰਿਹਾ। ਉਸ ਇਤਿਹਾਸ ਨੂੰ ਉਜਾਗਰ ਕਰਨ ਵਾਸਤੇ ਕੱਲ੍ਹ ਅਸੀਂ ਬੜਾ ਵੱਡਾ ਇੱਕ ਸੈਮੀਨਾਰ ਕਰਾਇਆ ਸੀ, ਜਿਹਦੇ ਪੰਜਾਬ 'ਚੋਂ ਵੱਧ 500 ਤੋਂ ਵੱਧ ਜਿਹੜੇ ਬੁੱਧੀਜੀਵੀ ਸ਼ਾਮਿਲ ਹੋਏ ਸੀ। ਉਹਦੇ 'ਚ ਫੈਸਲਾ ਕੀਤਾ ਗਿਆ ਸੀ ਉਹਨਾਂ ਦੇ ਉੱਤੇ ਵਿਚਾਰਾਂ ਕਰਨ ਦੇ ਨਾਲ ਨਾਲ ਕਿ ਇੱਕ ਡੈਲੀਗੇਸ਼ਨ ਜਿਹੜਾ ਉਹ ਅੰਡੇਮਾਨ ਨਿਕੋਬਾਰ ਭੇਜਿਆ ਜਾਵੇ, ਤਾਂ ਜੋ ਜਿਹੜਾ ਮੌਕੇ 'ਤੇ ਜਾ ਕੇ ਮੌਕੇ ਦਾ ਜੋ ਜਾਇਜ਼ਾ ਲੈ ਕੇ ਜੋ ਉੱਥੇ ਸਥਿਤੀ ਹੈ ਸਾਰੀ ਉਹਦਾ ਜਿਹੜਾ ਉਹ ਰਿਪੋਰਟ ਕਰਨਗੇ, ਉਹ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ।